ਦਾ ਟਾਈਮ ਆ, ਸਰਦੀ ਆ, ਅਸੀਂ ਸਾਰੇ ਜਿਹੜੇ ਬੈਠੇ ਆ ਚੁੱਲ੍ਹੇ ਅੱਗੇ ਅੱਗ ਸੇਕ ਰਹੇ ਹਾਂ, ਕੋਈ ਪਿਆਜ਼ ਦੇ ਵਿੱਚ ਪੈਰ ਲਾਏ ਹੋਏ ਆ। ਅੱਛਾ ਜੀ, ਪਿਆਜ਼ ਸਰਦੀ ਲੱਗਦੀ ਪੁੱਠੀ ਨੀ ਪਾਈ ਹੋਈ ਨੇ ਮੈਨੂੰ ਲੱਗਦਾ ਅੱਗ ਸੇਕੋ ਨਹੀਂ ਅੱਗੇ ਰੇਸ਼ਾ ਬਹੁਤ ਇਹਨਾਂ ਦਾ ਸਰਦੀ ਹੁਣ ਇਹਨੇ ਗਿਰਕੇ ਲਵਾ ਲਈ ਆ ਸੱਟ, ਤੇ ਇਹ ਚੱਪਲ ਜਿਹੜੀ ਪਈ ਹੋਈ ਹੈ ਨਾ ਇਹਨੂੰ ਹੈਗੀ ਬੜੀ, ਤੇ ਮੈਂ ਇਹਨੂੰ ਇੰਨੀ ਦਫ਼ਾ ਕਿਹਾ ਮੋਹਿਤ ਤੇਰੀਆਂ ਹੋਰ ਚੱਪਲਾਂ ਹੈ ਤੁਸੀਂ ਉਹ ਪਾ ਲਿਆ ਕਰ, ਇਹ ਨਾ ਚੱਪਲ ਪਾਇਆ ਕਰ, ਹਾਂਜੀ ਮੰਮਾ ਨੂੰ ਕੱਪੜੇ ਇਸਤਰੀ ਕਰਨ ਨੀ ਦੇਣੇ, ਮੂੰਹ ਧੋ ਕੇ ਲੈ ਕੇ ਆਈ ਆ, ਤੇ ਨਾਲੇ ਇਹਦਾ ਪ੍ਰੋਗਰਾਮ ਕੀ ਹੈਗਾ ਤੁਹਾਡੇ ਨਾਲ ਲਿਆਣਾ। ਅੱਛਾ ਮੈਂ ਨਾ ਜਾਣਾ, ਅੱਛਾ ਮੈਂ ਨਾ ਚੱਲਾਂ ਕੱਪੜੇ ਸਿਲਾਈ ਕਰਨ ਦੇਣ ਵਾਸਤੇ ਦਰਜੀ ਨੂੰ। ਚਾਰ ਹਜ਼ਾਰ ਰੁਪਏ ਸਿਲਾਈ ਬਣੇਗੀ। ਇੱਕ ਸੂਟ ਮੋਜਦਾ ਵਾ, ਨਹੀਂ ਤਾਂ ਤੁਸੀਂ ਮੋਜਦਾ ਨਾਲੋਂ ਲਹਾ ਲਿਆਇਓ, ਸਲਵਾਰ ਮੈਂ ਖੁਦ ਸੀ ਲੂੰਗੀ, ਅਤੇ ਕਮੀਜ਼ ਜਿਹੜੀ ਹੈ ਨਾ ਦੇ ਦੂੰਗੀ ਉੱਥੇ ਸਿਲਾਈ ਕਰਨੀ, ਸੁਬਾਹ ਜਾਣਾ ਜੂ ਤੂੰ ਦਰਜੀ ਨੂੰ ਦੇ ਦਾਂਗੇ। ਚਲੋ ਜਿਹੜੇ 4-5 ਸੌ ਦਰਜੀ ਲੈ ਲੈਣਾ। ਚਲੋ ਸਹੀ ਆ, ਹਾਂਜੀ ਤੁਸੀਂ ਨਾ। ਹਾਂਜੀ ਨਿਕਾਲ ਕੱਪੜੇ, ਹਾਂਜੀ ਨਿਕਾਲ ਲਿਆ, ਰੁਮਾਲ ਤਾਂ ਮੇਰਾ ਰੱਖ ਲਓ ਇੱਥੇ, ਇਹ ਰੁਮਾਲ ਵੀ ਇਹਦੇ ਨਾਲ ਲੱਗਿਆ ਹੋਇਆ, ਅਤੇ ਗੈਸ ਕਰੋ ਇਹ ਕਦੋਂ ਦਾ ਸੂਟ ਹੈ। ਇਹ ਤਕਰੀਬਨ ਹੋ ਗਿਆ ਉਹ ਸਾਲ ਦੋਵਾਂ ਦਾ, ਜਦ ਦੀ ਇਹਰਾ ਸਾਲ ਦੋ ਦਾ ਕਿਉਂ? ਮੈਂ ਤਾਂ ਪਹਿਲੀ ਦਫ਼ਾ ਦੇਖਿਆ, ਦੂਸਰੀ ਦਫ਼ਾ ਬਲਕਿ ਯਾਦ ਨਹੀਂ ਆ ਰਿਹਾ ਮੈਨੂੰ ਹੁਣ, ਮੈਨੂੰ ਤਾਂ ਪਤਾ ਨਾ ਕਦੋਂ ਦਾ ਸੂਟ ਹੈ। ਸਹੀ ਹੈਗਾ ਵਾ, ਕਰੀਮ ਕਲਰ। ਇਹ ਖਾਲਾ ਬੁਸ਼ਰ ਨੇ ਨਹੀਂ ਦਿੱਤਾ ਹੈਗਾ? ਤੇ ਨਹੀਂ ਜੀ, ਕਿਸੇ ਖਾਲਾ ਖੁਲਾ ਨੇ ਨਹੀਂ ਦਿੱਤਾ ਹੈਗਾ, ਇਹ ਤੁਹਾਡੀ ਸੱਸ ਨੇ ਦਿੱਤਾ ਸੀ, ਤੁਹਾਡੀ ਸ਼ਾਦੀ ਦਾ। ਸਹੀ ਆ। ਅੱਛਾ ਇੰਨੇ ਸਾਲ ਹੋ ਗਏ? ਇੰਨੇ ਸਾਲ ਹੋ ਗਏ। ਫਿਰ ਤਾਂ ਨਹੀਂ ਪਿਆ? ਹਾਂਜੀ ਇਹ ਟਰੰਕ 'ਚ ਹੀ ਪਿਆ ਸੀ, ਲੇਕਿਨ ਮੈਨੂੰ ਅੱਜ ਯਾਦ ਆਇਆ, ਅਤੇ ਮੈਂ ਕਿਹਾ ਚਲੋ ਗਰਮ ਆ, ਸਿਲਾਈ ਕਰਾ ਲਓ। ਅਤੇ ਹਾਂਜੀ ਚਾਰ ਸੂਟ ਇਹ ਸਿਲਾ ਲਓ ਨਾ, ਫਿਰ ਦੋ ਬਚ ਜਾਣੇ ਪਿੱਛੇ, ਇੱਕ ਕਰੀਮ ਕਲਰ ਆ, ਅਤੇ ਇੱਕ ਹੋਰ ਆ, ਉਹ ਫਿਰ ਗਰਮੀਆਂ ਨੂੰ ਸਿਲਾ। ਨਹੀਂ ਬੜਾ ਪਿਆਰਾ ਕਲਰ ਆ, ਅੱਛਾ ਯਾਹ ਨਾ ਸੂਟ ਮੇਰੀ ਸੱਸ ਨੇ ਲੈ ਕੇ ਦਿੱਤਾ ਸੀ, ਅਤੇ ਵੈਸੇ ਮੈਂ ਮਾਮੀ ਜੀ ਬੋਲਦਾ, ਅਤੇ ਇਹਨਾਂ ਤੁਹਾਡੀ ਮਾਮੀ, ਹਾਂਜੀ ਇਹਨਾਂ ਦਰਜੀ ਦੇਵਾਂਗੇ ਸਿਲਾਈ ਕਰਕੇ, ਫਿਰ ਪਾਵਾਂਗੇ ਰੁਮਾਲ ਵੀ ਉਦੋਂ ਦਾ ਹੀ ਆ। ਅੱਛਾ ਜੀ, ਅੱਛਾ ਤੁਸੀਂ ਨਾ ਜਲਦੀ ਕਰੋ, ਇਹਦੀ ਛਾਪਰ ਕੱਪੜੇ ਪਾਓ, ਆਵਾਜ਼ ਨਾ ਬਾਹਰ ਆਵਾਜ਼ਾਂ ਮਾਰਨ ਦੇ, ਉਹਨੇ ਵੀ ਸਮਾਨ ਲਿਆਉਣਾ, ਉਹ ਵੀ ਮੇਰੇ ਨਾਲ ਜਾਏਗਾ। ਤਾਲਾ ਹੋ ਗਈ ਹੈ? ਹਾਂਜੀ ਇਹ ਛਾਪਰ 'ਚ ਪਾ ਦਿਓ ਜਲਦੀ ਕਰੋ, ਆਵਾਜ਼ ਕਾਹਲਾ ਪਿਆ ਹੈ। ਅਤੇ ਗੈਸ ਲਿਆ ਦੋਗੇ? ਜਦੋਂ ਕੱਪੜਾ ਦੇਖ ਲਾਂਗੇ। ਚਲ ਠੀਕ ਹੈ ਭਾਈ, ਆਵਾਜ਼ ਨਾਲ ਹੀ ਹੈ, ਆ ਇਹਦੇ ਨਾਲ ਲੈਸ ਲੈਣੀ, ਇਹਦੇ ਛਾਪਰ 'ਚ ਲਾਇਆ ਤਾਂ ਕੱਪੜੇ ਪਾਉਣ ਜਿਹੜੇ। ਅੱਛਾ ਪੀਕੋ ਕਰਵਾਉਣੇ? ਹਾਂਜੀ ਚਲੋ ਠੀਕ ਆ। ਇਹ ਸਾਡਾ ਇਹਨਾਂ ਦੀਆਂ ਪੀਕੋ ਕਰਵਾਉਣੀਆਂ ਵਾ, ਆ ਜਿਹੜੇ ਇਹਨਾਂ ਦੇ ਪੱਲੂ, ਇਹ ਆ ਜਿਹੜੇ 2 ਸਟੋਲਰ ਆ, ਤੇ ਇਹਦੇ ਨਾਲ ਲੈਸ ਲੈਣੀ ਆ ਸ਼ਿਟਰ। ਅੱਛਾ ਪੀਕੋ ਇੱਕ ਆ ਕਰਾਉਣਾ ਤੇ ਇੱਕ ਆ ਕਰਾਉਣਾ? ਹਾਂ ਇਹਦੇ ਨਾਲ ਲੈਸ ਲੈਣੀ ਆ, ਔਰ ਇਹ ਹਮਨਾ ਬੇਟੀ ਦਾ। ਚਲੋ ਠੀਕ ਆ, ਫਰਾਕ ਬਣਾਉਣਾ, ਤੇ ਮੋਹਿਤ ਬੇਟੇ ਦਾ ਨਾਲ ਲਹਾ ਲਿਆਇਓ। ਹੈ ਉਹ ਕਿਹੜੇ ਨਾਲ ਲਹਾਉਣਾ ਮੈਨੂੰ ਇਹ ਵੀ ਦੱਸ ਦੇ। ਆ ਦੇ ਇਹ ਸੂਟ ਆ, ਇਹਦੇ ਉੱਪਰ ਉੱਪਰ ਰੱਖੀ। ਹਾਂ ਇਹਨੂੰ ਉੱਪਰ ਰੱਖ ਦਿੰਦੇ, ਇਹਦੇ ਨਾਲ ਉਹਨਾਂ ਲਹਾਉਣਾ ਵਾ। ਚਲੋ ਠੀਕ ਹੈ, ਇਹ ਸੂਟ ਲਹਾ ਲਿਆ ਸੂਟ ਦਾ ਕਰਕੇ ਨਾ, ਤੁਸੀਂ ਆਪ ਖੁਦ ਹੀ ਲਾ ਲੈਣਾ ਸੀ, ਚਲੋ ਉੱਥੋਂ ਲਹਾ ਲਿਆ।
ਹੋਰ ਵੀ ਕਾਫੀ ਸਾਰਾ ਲੈਣਾ ਨਾ, ਕੱਲੇ ਕੱਪੜੇ ਨੀ ਦੇਣੇ, ਪਿਆਜ਼ ਜ਼ਿਆਦਾ ਨੀ ਲਏ, ਥੋੜੇ ਲਏ ਆ, 500 ਦੇ ਲੈ ਕੇ ਆਇਆ। ਕੱਪੜੇ ਸਿਲਾਈ ਕਰਨੇ ਦਿਆਂ ਆ, ਲੇਕਿਨ ਮੋਹਿਤਾ ਨਾਲ ਉਹ ਨਹੀਂ ਬਣਦਾ ਸੀ, ਲੇਕਿਨ ਕਹਿੰਦਾ ਸੀ ਕੱਪੜਾ ਘੱਟ ਦਰਦ ਸੀ, ਕਹਿੰਦਾ ਸੀ ਮੈਂ ਕੋਸ਼ਿਸ਼ ਕਰੂੰਗਾ ਜੇ ਬਣ ਗਿਆ ਤਾਂ, ਲੇਕਿਨ ਲੱਗਦਾ ਨਹੀਂ ਕਹਿੰਦਾ ਮੈਨੂੰ ਬਣੇ। ਹਾਂਜੀ ਨਲਕੀ ਵੀ ਵਿੱਚ ਹੋਣੀ ਆ ਅਤੇ ਲੇਕਿਨ ਲੈਸ ਨਹੀਂ ਇਹਦੇ ਨਾਲ ਮਿਲੀ, ਇਹੀ ਕਰਾਉਣੀ ਸੀ ਨਾ। ਹਾਂਜੀ ਠੀਕ ਹੋ ਗਿਆ। ਹਾਂਜੀ ਲਿਆਉਣੀ ਤਾਂ ਨਹੀਂ, ਤੁਹਾਡੇ ਵਾਸਤੇ ਲਿਆਇਆ ਮੈਂ, ਮੋਈ ਨੂੰ ਲਈ ਤੇ ਇਹ ਵੀ ਕਹਿੰਦੇ ਮੇਰੇ ਵਾਸਤੇ ਮਾਮੂ ਲਿਆਈ, ਮੈਂ ਇਹਦੇ ਵਾਸਤੇ ਵੀ ਲਿਆਇਆ, ਪਤਨੀ ਪੂਰੀ ਹੁੰਦੀ ਨਹੀਂ ਆਉਂਦੀ। ਇੱਕ ਨੰਬਰ ਛੋਟੀ ਲਈ ਸੀ ਮੋਈ ਤੋਂ, ਪੂਰੀ ਆ, ਚੱਲ ਲੈ ਜਾ, ਕਹਿੰਦਾ ਸੀ ਮਾਮੂ ਮੈਂ ਵੀ ਇਸ ਤਰ੍ਹਾਂ ਦੀ ਲੈਣੀ, ਸੁਬਹਾ ਕਹਿੰਦਾ ਸੀ, ਮੈਂ ਕਿਹਾ ਚਲ ਮੈਂ ਲਿਆਇਆ ਇਹਦੇ ਵਾਸਤੇ। ਨਹੀਂ ਨਿੱਕੀ ਏ, ਵੀ ਚਾਰ ਨੰਬਰ ਵੱਡਾ ਹੋ ਜਾਂਦਾ ਮੋਈ ਦੇ ਨਾਲ ਦਾ। ਇਹਨੇ ਦੇਖ ਕੇ ਆਪ ਹੀ ਕਿਹਾ ਪਾਪਾ ਮੈਂ ਇਹਦੇ ਨਾਲ ਦੀ ਲੈਣੀ, ਮੈਂ ਕਿਹਾ ਚਲੋ ਤੁਹਾਨੂੰ ਵੀ ਲੈ ਦਿੰਦਾ, ਉਹਦੇ ਨਾਲ ਚਾਰ ਨੰਬਰ ਨਹੀਂ ਮਿਲਿਆ ਨਾ। ਹਾਂ ਚਾਰ ਨੰਬਰ ਨਹੀਂ ਮਿਲਿਆ। ਚਾਏ ਪੀਣੀ ਆ ਤੇ ਉਸ ਤੋਂ ਬਾਅਦ ਕਾਫੀ ਸਾਰੇ ਕੰਮ ਕਾਰ ਉਹ ਕਰਨੇ ਆ। ਹਾਂਜੀ ਮੋਈ ਵਾਸਤੇ ਕੱਪੜੇ ਹੋਰ ਲੈਣੇ ਨੇ, ਤੇ ਤੁਸੀਂ ਪਹਿਲਾਂ ਹੀ ਗਲਤੀ ਕੀਤੀ, ਤੁਸੀਂ ਕਿਉਂ ਇਕੱਠਾ ਲਿਆ ਸੀ? ਮੈਚ ਜਦੋਂ ਕੀਤੀ ਤੁਸੀਂ ਦੇਖਿਆ ਕੋਈ ਨੀ, ਉਹ ਤਾਂ ਮੈਨੂੰ ਕਹਿੰਦਾ ਸੀਗਾ 4 ਮੀਟਰ ਦਾ ਤੇ ਨਾਲ 4 ਮੀਟਰ ਦਾ ਮੇਰਾ ਸੀਗਾ ਨਾ ਤੇ ਬਣਨਾ ਸੀਗਾ, ਤੇ ਤਕਰੀਬਨ ਉਹ 5.5 ਮੀਟਰ ਵੀ ਨਹੀਂ ਹੋਇਆ ਘੱਟ ਆ, 5.5 ਮੀਟਰ ਤੋਂ ਵੀ ਘੱਟ, 5.5 ਮੀਟਰ ਕਹਿੰਦਾ ਚਲੋ ਫੇਰ ਮੋਈ ਦਾ ਨਾ ਜਗਾਲ ਜਿਹਾ ਲੱਗ ਜਾਣਾ ਸੀ, ਤਾਂ ਕਰਕੇ ਘੱਟ ਸੀਗਾ। ਕਹਿੰਦਾ ਭਾਈ ਜੀ ਵੀ ਜਦੋਂ ਆਉਂਦਾ ਨਾ 4-5 ਸੂਟ ਲੈ ਕੇ ਇਕੱਠੇ ਹੀ ਆਉਂਦਾ ਹੁੰਦਾ, ਮੈਂ ਕਿਹਾ ਹਾਂਜੀ ਅਜੇ ਤਾਂ 2 ਹੋਰ ਸਿਲਾਈ ਕਰਾਉਣੀ ਸੀ, ਮੈਂ ਕਿਹਾ ਚਲੋ ਕੋਈ ਨਹੀਂ, ਮੈਂ ਕਿਹਾ 4 ਕਰਾ ਲੈਣਾ ਫਿਰ ਬਾਅਦ ਕਰਾ ਲਾਂਗੇ। ਕਿੱਥੇ ਚੱਲਾਂ ਮੇਰਾ ਬੇਟਾ? ਹੀਰਾ ਮੰਮਾ ਇੱਥੇ ਹੈ ਨਹੀਂ ਗੀ, ਆ ਜਾਓ ਮੇਰੇ ਪਾਸ, ਮੰਮਾ ਹੈ ਨਹੀਂ ਇੱਥੇ, ਹੀਰਾ ਬੇਟਾ ਹੀਰਾ ਆ ਜਾਓ ਬੇਟਾ, ਮੰਮਾ ਨੂੰ ਲੱਭਦੀ ਆਪਣੀ ਨੂੰ, ਆ ਜਾ ਆ ਜਾ, ਚਲ ਚੱਕ ਲਿਓ, ਆ ਜਾਓ ਮੇਰਾ ਬੇਟਾ, ਉਹੀ ਛੱਡ ਕੇ ਜਾਵਾਂ ਜਾ ਆਪਣੀ ਮਾਮੀ ਨੂੰ ਪਕੜਾਇਆ। ਮੰਮਾ ਪਾਸ, ਇਹ ਤੁਹਾਨੂੰ ਕਮਰੇ 'ਚ ਲੱਭਦੀ ਸੀ? ਹਾਂਜੀ ਮੰਮਾ ਤੋਂ ਅਰਦਾਸ ਹੋ ਜਾਂਦੀ ਹੈ ਨਾ, ਦਾਦੀ ਬੁਣ ਬਹੁਤੀ ਬਣਦੀ ਹੁਣ, ਦਾਦਾ ਕਹਿ ਦਿੱਤਾ ਰਾਤੀ ਨੂੰ ਹੀਬਾ ਬੇਟੀ ਦਾ ਵੀ ਨਾਮ ਲਿਆ, ਹੁਣ ਮੇਰੇ ਬੇਟੇ ਨੇ ਗੱਲਾਂ ਕਰਨ ਲੱਗ ਪੈਣਾ, ਸਲਾਹ ਦੋ ਇਹਨੂੰ ਟਾਈਮ ਨਾਲ, ਸ਼ਾਮ ਟਾਈਮ ਸੋ ਜਾਂਦੀ ਫਿਰ ਨਾ ਰਾਤੀ ਸੌਂਦੀ।